ਗੁਰਬਾਣੀ ਭਗਤਾਂ ਦੇ ਸੱਲੇ ਖੇਡ ਹੈ, ਬਾਣੀ ਭਗਤਾਂ ਕੀ। ਜੇ ਸਾਰਿਆਂ ਨੂੰ ਵੱਡੇ ਸੀ ਤਾਂ ਹੀ ਸੱਲੇ ਭਗਤਾਂ ਨੂੰ ਦਿੱਤਾ। ਇਹ ਕੀ ਜਾਣ ਮੂਰਖ, ਇਹਨਾਂ ਨੂੰ ਕੀ ਪਤਾ ਵੀ ਭਗਤ ਕਿੱਡਾ ਹੁੰਦਾ। ਤੂੰ ਭਗਤਾਂ ਕੇ ਬਸ, ਭਗਤ ਨੇ ਮਨ ਵਸ ਕੀਤਾ ਸੰਸਾਰ 'ਚ, ਕਿਸੇ ਨੇ ਜਨਮ ਲੈ ਕੇ ਕਿਸੇ ਨੇ ਮਨ ਨਹੀਂ ਵਸ ਕੀਤਾ ਸਿਵਾਏ ਭਗਤ। ਭਗਤਾਂ ਕੇ ਬਸ ਭਗਤਾਂ ਤਾਣ ਤੇਰਾ, ਪਰ ਤੇਰੀ ਸ਼ਕਤੀ ਨਾਲੇ ਭਗਤ ਪਾਰ ਹੋਏ ਨੇ। ਭਰਮ ਦਾ ਦਾਇਰਾ ਭਗਤਾਂ ਨੇ, ਭਰਮ ਦਾ ਆਂਡਾ ਜਾਂ ਭੰਨਿਆ ਨਾ ਭਗਤਾਂ ਨੇ, ਜਿੰਨਾ ਚਿਰ ਮਨ ਉਹਨਾਂ ਦੇ ਨਾਲ ਨਹੀਂ ਜੁੜਿਆ, ਮਨ ਉਹਨਾਂ ਦਾ ਬਸ ਨਹੀਂ ਹੋਇਆ, ਭਰਮ ਦਾ ਆਂਡਾ ਨਹੀਂ ਟੁੱਟਿਆ ਉਹਨਾਂ, ਭਰਮ ਦਾ ਦਾਇਰਾ ਉਹਨਾਂ 'ਤੇ ਵੀ ਨਹੀਂ ਟੁੱਟਿਆ। ਬੱਚਾ ਆਂਡੇ ਦੇ ਵਿੱਚ ਜਦ ਜਿਉਂਦਾ ਜਾਗਦਾ ਹੋ ਜਾਂਦਾ ਹੈ, ਤਾਕਤ ਹੋ ਜਾਂਦੀ ਹੈ ਆਂਡੇ ਨੂੰ ਪੈਰਾਂ ਨਾਲ ਤੋੜ ਦਿੰਦਾ, ਬਾਹਰੋਂ ਨਾ ਟੁੱਟੇ ਤੋੜ ਦਿੰਦਾ, ਉਹ 'ਚ ਇੰਨੀ ਤਾਕਤ ਹੁੰਦੀ ਹੈ ਤੋੜ ਦਿੰਦਾ। ਆਂਡੇ ਦਾ ਛਿਲਕਾ ਕਮਜ਼ੋਰ ਹੋ ਜਾਂਦਾ ਸਮੇਂ ਨਾਲ, ਉਧਰੋਂ ਤਾਕਤ ਤਕੜਾ ਹੋ ਜਾਂਦਾ। ਜੇ ਕੋਈ ਨਾ ਤੋੜੇ ਆਪੇ ਤੋੜ ਦਿੰਦਾ। ਭਗਤ ਜਦ ਮਨ ਵਸ ਹੋ ਜਾਂਦਾ, ਭਰਮ ਦੇ ਦਾਇਰੇ ਨੂੰ ਤੋੜ ਕੇ ਬਾਹਰ ਚਲੇ। ਭਗਤਾਂ ਤਾਣ ਤੇਰਾ ਮਨ ਵਾਲੀ ਸ਼ਕਤੀ ਜਿਹੜੀ ਹੈ ਭਗਤ ਕੋਲ ਚਲੀ ਜਾਂਦੀ ਹੈ। ਭਗਤਾਂ ਨੂੰ ਵੀ ਤੇਰੀ ਸ਼ਕਤੀ ਦੀ ਲੋੜ ਸੀ, ਇਹੀ ਤਾਂ ਕਵੀ ਸੀ। ਸ਼ਕਤੀ ਦੋ ਥਾਂ ਹੋਈ ਹੋਈ ਸੀ, ਜਿਹੜਾ ਇੱਕ ਹੱਥ ਨੇ ਕੰਮ ਕਰਨਾ ਹੈ, ਜੇ ਨਹੀਂ ਹੁੰਦਾ ਦੂਆ ਤਾਂ ਲਾਉਣੇ ਆ ਨਾਲ, ਦੂਆ ਤੇ ਜਾਂ ਦੋ ਹੱਥ ਕੰਮ ਕਰਨਗੇ ਇਕੱਲਾ ਕਰ ਲੂ, ਕਦੇ ਨਹੀਂ ਕਰਨਾ। ਇਹ ਕਾਲਮੀ ਦਾ ਇਕੱਲਾ ਹੱਥ ਚਾਹੇ ਕਿੱਡਾ ਹੀ ਸ਼ਕਤੀਸ਼ਾਲੀ ਹੈ, ਜੇ ਉਹ ਤੋਂ ਇਕੱਲੇ ਹੱਥ ਨੂੰ ਬੜੀ ਚੀਜ਼ ਹੈ, ਬੜ ਕੰਮ ਨਹੀਂ ਹੋ ਰਿਹਾ ਤਾਂ ਦੂਜਾ ਹੱਥ ਲਾਉਣਾ। ਦੋਹਾਂ ਹੱਥਾਂ ਦੀ ਤਾਕਤ, ਪੂਰੀ ਤਾਕਤ ਹੋ ਜਾਂਦੀ ਇੱਕ ਜਗ੍ਹਾ 'ਚ। ਤੂੰ ਭਗਤਾਂ ਕੇ ਵਸ, ਮਨ ਨੂੰ ਕਿਹਾ ਤੂੰ ਭਗਤਾਂ ਕੇ ਵਸ, ਉਹ ਰੱਬ ਨੂੰ ਕਹਿੰਦੇ ਨੇ ਤੂੰ ਭਗਤਾਂ ਕੇ ਵਸ। ਪੁੱਠੀ ਬੁੱਧੀ ਹੋਈ ਹੋਈ ਹੈ ਨਾ। ਭਗਤਾਂ ਤਾਣ ਤੇਰਾ, ਤਾਂ ਰੱਬ ਦੀ ਤਾਕਤ ਨਾਲ ਰੱਬ ਨੂੰ ਬਚ ਕੀਤਾ। ਤਾਂ ਰੱਬ ਦੀ ਤਾਕਤ ਨਾਲ ਰੱਬ ਨੂੰ ਬਚ ਕੀਤਾ, ਚੰਗੀ ਗੱਲ ਇਹੋ ਜਿਹਾ ਪਾਗਲ ਰੱਬ ਹੋ ਉਹਨਾਂ ਦਾ। ਭਗਤਾਂ ਨੂੰ ਤੇਰੀ ਸ਼ਕਤੀ ਦੀ ਲੋੜ ਸੀ, ਭਗਤ ਹਿਰਦੇ 'ਚ ਪਹਿਲਾਂ ਹੀ ਵੱਸਦਾ ਸੀ। ਫਿਰ ਭਰਮ ਦਾ ਫੋਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸਾ, ਫਿਰ ਪ੍ਰਗਾਸਾ, ਫਿਰ ਭਰਮ ਕਾ ਨਾਸ ਹੋਇਆ। ਜਿੰਨਾ ਚਿਰ ਮਨ ਨਾਲ ਨਹੀਂ ਰਲਿਆ ਭਰਮ ਕਾ ਨਾਸ ਨਹੀਂ ਹੋਇਆ। ਹਾਂਜੀ, ਨਾਵੈ ਅਰਚਾ ਪੂਜਾ ਅਗਰ ਵਾਸ ਬਹਿਕਾਰ, ਹਿੰਦੂ ਸਲਾਹੀ ਸਲਾਹਣ। ਹਿੰਦੂ ਕੀ ਕਰਦੇ ਨੇ, ਸਲਾਹ ਦਾ ਸਲਾਹ ਆਪਣੀ ਜਾਣੇ ਦਾ ਪਰਮੇਸ਼ਰ ਦੀ ਕਰਦੇ ਨੇ, ਪਰ ਕਰ ਰਹੇ ਨੇ ਦੇਹ ਦੀ ਮਾਇਆ ਦੀ ਬਣੀ ਹੋਈ ਹੈ। ਫਿਰ ਕੀ ਕਰਦੇ ਨੇ, ਤੀਰਥ ਨਾਵੈ, ਤੀਰਥ ਬਣਾ ਲੈਣ ਉਲਡੂ ਬਾਹਰ। ਉੱਥੇ ਆਤਮਾ ਕਿੱਥੇ ਨਾ ਰਹੀ, ਉੱਥੇ ਦਾ ਸਰੀਰ ਧੋ ਰਹੇ ਨੇ, ਪਿੰਡਾਂ ਧੋ ਪਿੰਡਾਂ ਰਹੇ ਨੇ, ਕਹਿੰਦੇ ਨੇ ਇਸ਼ਨਾਨ ਕਰ ਰਹੇ। ਤੀਰਥ ਨਾਵੈ ਅਰਚਾ ਪੂਜਾ, ਅਰਚਾ ਪੂਜਾ ਮੂਰਤੀਆਂ ਦੀ ਕਰਦੇ ਨੇ। ਫਿਰ ਅਗਰ ਮੂਰਤੀ ਅੱਗੇ ਅਗਰਵਾਸ ਆ, ਅਗਰਵਾਸ ਜਿਹੜੀਆਂ ਅਗਰਬੱਤੀਆਂ ਲਾ ਕੇ ਵਾਸ਼ਨਾ ਚੰਗੀ, ਅਗਰਵਾਸ ਬਹਾਕਾਰ। ਹਾਂ, ਆਹੋ ਵਾਸ਼ਨਾ ਚੰਗੀ, ਸਮੈਲ ਆਉਂਦੀ ਹੈ ਜਿਹਦੇ ਨਾਲ ਮਹਿਕ ਜਾਂਦੀ ਹੈ, ਮਹਿਕ। ਜੋਗੀ ਸੁਣ ਤੇ ਆਵਣ ਜੇਤੇ ਜੇਤੇ ਜੋਗੀ ਲੈ ਲਓ ਹੁਣ ਅਲਖ ਨਾਮ ਕਰਦਾ। ਇਹ ਤਾਂ ਹੋ ਗਿਆ ਪੰਡਿਤ, ਪਹਿਲਾਂ ਮੁਸਲਮਾਨ ਹੋ ਗਏ, ਸ਼ਰੀਅਤ ਦਾ ਵਿਚਾਰ ਕਰਦੇ ਨੇ, ਫਿਰ ਹਿੰਦੂ ਨੇ ਮੂਰਤੀਆਂ ਦਾ ਚੰਗੀ ਵਧੀਆ ਸੁੰਦਰ ਤੇ ਸੁੰਦਰ ਮੂਰਤੀ ਬਣਾਉਂਦਾ ਨੇ, ਰੂਪ ਨਹੀਂ ਬਣਾਉਂਦੇ, ਰੂਪ ਦੇ ਪੁਜਾਰੀ ਨੇ। ਰੂਪ ਦੇ ਪੁਜਾਰੀ ਨੇ ਜੋਗੀ ਕੀ ਨੇ, ਸੁਣ ਤੇ ਆਵਣ ਜੇਤੇ, ਸੁਣ ਤੇ ਆਵਣ ਜੇਤੇ, ਸੁਣ ਚੋ ਆਕਾਸ਼ ਵਿੱਚ ਧਿਆਨ ਲਾਉਂਦੇ ਨੇ। ਸੁਣ ਦਾ ਮਤਲਬ ਆਕਾਸ਼ ਹੁੰਦਾ, ਜਿੱਥੇ ਕੋਈ ਆਵਾਜ਼ ਨਹੀਂ, ਆਕਾਸ਼ ਦੇ ਵਿੱਚ ਸੁਣਨ ਵਿੱਚ ਧਿਆਨ ਲਾਉਂਦੇ ਨੇ। ਆਕਾਸ਼ ਬਾਰੇ ਨਹੀਂ ਕੁਛ ਕਿਹਾ ਜਾ ਸਕਦਾ, ਆਕਾਸ਼ ਜਿਹੜਾ ਹੈ ਨਾ ਇਹਦੇ ਬਾਰੇ ਗੁਰਬਾਣੀ 'ਚ ਬਹੁਤਾ ਨਹੀਂ ਕੁਛ ਕਿਹਾ ਹੋਇਆ।
आकाश मुरखीपुती तो परे की गल है ना, आकाश में वास ठीक है, आत्मा का वास जो दा वास आकाश रहता है, सारा कुछ आकाश के बिच ही है, असी बिच हाँ। पर आकाश आकाश जड़ा है अगम, कितने तक आकाश है, कहा जा आकाश है, कहदा बनया होया आकाश है अगम, ये बारे कुछ नहीं है। पवन बारे कहता सच से पवना पिया, पर पिछे आकाश है, आकाश में होर की है कि होर तत्व भी आकाश है कोई नहीं है, इन स्प्लिट करके होर भी कुछ बनाया जा सकता है नहीं, ये बारे कुछ नहीं, ये बारे कुछ नहीं। आकाश गगन अगम, गगन की है नहीं दस सकते, गगन की नहीं दस सकते, ये अगम चीज है, मनुखी बुद्धि तो परे दी गल। गगन अंतर बास है, ठीक है बास साडा गगन दे विच ही है, सारी माया गगन दे विच ही है, पर गगन भी अगम है, गगन बारे नहीं बहुता कुछ कहा जा सकता। हाँ गगन दे विचों पैदा होया जो कुछ उहदे बारे दस्सिया, सच्चे ते पवना पिया पवना ते जाना, गगन अगम गगन अंतर बास, बास साडा गगन दे विच ही है, फिर भी गगन अगम है, मनुखी बुद्धि तो परे है, गगन बारे नहीं कोई दस सकता। बहुत कुछ है जिहदे बारे बाणी चुप है, साडा विशा नहीं असी गगन ते लैणा, तू की असी आप की हाँ, बस अपने ज्ञान कराउणा है। गगन अंतर बास, गगन दे विच बास रखना है, असी माया नूं अलग हो, पवन तो अलग हो के गगन रह जाता, पवन तक माया, पवन तक माया है, पवन छड़ देनी है, पवन प्राण शरीर दे रहे, शरीर नूं लोड़ है पवन, ते लैसा जिंद कबाओ, शरीर ना माया ना जुड़न वास्ते पवन की लोड़ है, गगन ना जुड़न वास्ते हवा की कोई लोड़ है, फिर हवा दी कादी लोड़, हवा की तो लोड़ ता ही है शरीर है साढ़े को, वरना हवा की कोई लोड़, गगन अगम जोत का संबंध गगन नाल है, गगन अंतर वास, गगन ने विच तां वास करना है, किवें होगा है, गुण गावै सुख सहज गगन अंतर वास, गुण गावै सुख सहज निवास, जे गुण गायन करे उहदे तो सुख सहज गगन च निवास हो जाऊगा, प्रोसीजर है दस दिता, निवास गगन च करन वास्ते आ कुछ करना पऊगा, तो गगन च निवास करना है, गगन ते ज्ञान की लोड़ नहीं, गगन नाल जुड़ना है, योगी भी जुड़िया होया है, योगी सुन ते आमन जेते, सुन च ध्यान लाउंदा गगन च ध्यान लाउंदा, अलख नाम करतार, गगन च तां ध्यान लाउंदा आत्म ध्यानधारी नहीं है, जो ध्यान गगन च नहीं सी लाउणा।